ਕਿਹੜੀ ਹੀਰ ਤੇ ਕਿਹੜਾ ਰਾਂਝਾ। ਅੱਲਾ ਪਾਕ ਨੇ ਜਦੋਂ ਆਦਮ ਅਲੈਹਿਸ ਸਲਾਮ ਦੀ ਤਖਲੀਕ ਕੀਤੀ, ਇਹ ਰਾਂਝਾ ਤਿਆਰ ਕੀਤਾ ਤੇ ਰੂਹ ਜਿਹੜੀ ਸੀ ਉਹ ਹੀਰ ਸੀ, ਆਖਿਆ ਇਹਦੇ ਵਿੱਚ ਦਾਖਲ ਹੋ। ਜਦੋਂ ਵਿੱਚ ਦਾਖਲ ਹੋਈ ਤੇ ਭੁੜਕ ਕੇ ਬਾਹਰ ਆ ਗਈ, ਆਖਿਆ ਯਾਰ ਰੱਬਲ ਆਲਮੀਨ ਇਹਦੇ ਵਿੱਚ ਹਨੇਰਾ, ਮੈਂ ਨਹੀਂ ਰਹਿ ਸਕਦੀ। ਦਰਵੇਸ਼ ਦੱਸਦੇ ਕੋਈ ਆਂਦਾ 100 ਸਾਲ ਇਹਨੂੰ ਪਕਾਇਆ, ਕੋਈ ਆਂਦਾ 300 ਸਾਲ, ਜਿੰਨਾ ਵੀ ਪਕਾਇਆ। ਆਖਿਆ ਲੈ ਕੇ ਆਓ। ਜਦੋਂ ਲੈ ਕੇ ਆਏ ਨਾ ਤੇ ਹੁਕਮੇ ਰੱਬੀ ਸੀ, ਆਖਿਆ ਇਹਦੇ ਵਿੱਚ ਰਾਂਝੇ ਦੇ ਵਿੱਚ ਦਾਖਲ ਹੋ। ਜਦੋਂ ਦਾਖਲ ਹੋਈ ਤੇ ਅੰਦਰ ਤੇ ਫਿਰ ਹਨੇਰਾ ਸੀ, ਭੁੜ ਕੇ ਬਾਹਰ। ਆਖਿਆ ਯਾਰ ਰੱਬਲ ਆਲਮੀਨ ਮੇਰਾ ਇਹਦੇ ਵਿੱਚ ਬਸੇਰਾ ਨਹੀਂ ਹੋ ਸਕਦਾ। ਫਿਰ ਅੱਗ 'ਚ ਪਕਾਇਆ। ਤੀਸਰੀ ਵਾਰ ਜਦੋਂ ਲੈ ਕੇ ਆਏ ਨਾ ਤੇ ਬਾਬੇ ਆਦਮ ਅਲੈਹਿਸ ਸਲਾਮ ਦੀ ਪਛਾਣੀ 'ਚ ਨੂਰ ਦਾ ਜ਼ਰਾ ਟਕਾ ਤਾ। ਹੁਣ ਤੀਸਰਾ ਕੌਲ ਸੀ, ਆਖਿਆ ਯਾਰ ਰੱਬਲ ਆਲਮੀਨ ਇਹਦੇ ਵਿੱਚ ਮੈਂ ਵੜ ਜਾਂਦੀ ਹਾਂ, ਲੇਕਿਨ ਇੱਕ ਕੌਲ ਮੇਰੇ ਨਾਲ ਕਰਕੇ ਮੈਨੂੰ ਇਹਦੇ ਵਿੱਚੋਂ ਕੱਢ ਲੇਗਾ। ਆਖਿਆ ਜਾ, ਤੇਰੇ ਨਾਲ ਮੇਰਾ ਇਹ ਵਾਅਦਾ ਹੈ ਅਤੇ ਮੈਂ ਤੈਨੂੰ ਇਹਦੇ ਵਿੱਚੋਂ ਕੱਢ ਲਾਂਗਾ। ਜਦੋਂ ਹੁਣ ਅੰਦਰ ਵੜੀ ਨਾ ਤਾਂ ਨੂਰ ਦਾ ਜ਼ਰਾ ਸੀ, ਦੇ ਵੇਹਦਿਆਂ ਰਾਂਝਾ ਰਾਂਝਾ ਕਰ ਜੀ ਨਾ ਕਰੇ। ਓਏ ਉਹ ਹੁਣ ਦੁਨੀਆਦਾਰੀ 'ਤੇ ਆ ਗਏ ਨਾ ਅਤੇ ਸਹੇਲੀਆਂ ਆਉਂਦੀਆਂ ਨੇ ਜਿਹਦੀ ਖਾਤਰ ਸਾਰਾ ਕੁਝ ਹੀ ਛੱਡ ਗਈਆਂ, ਕਿਤੇ ਵਿਖਾ ਤਾਂ ਸਹੀ। ਰਾਂਝਾ ਮੱਝੀ ਚਾਰ ਕੇ ਆਉਂਦਿਆਂ ਸੀ, ਆਖਿਆ ਉਹ ਜੇ ਮੇਰਾ ਰਾਂਝਾ ਜਦੋਂ ਵੇਖਿਆ ਨਾ ਤੇ ਆਉਂਦੀਆਂ ਇਹਦੀ ਖਾਤਰ ਸਾਰਾ ਕੁਝ ਛੱਡ ਗਈਆਂ। ਆਖਿਆ ਜਿਹੜੀ ਅੱਖ ਨਾਲ ਮੈਂ ਵੇਖਣੀ ਹੈ ਤੁਸੀਂ ਨਹੀਂ ਵੇਖ ਸਕਦੇ, ਕਿਉਂਕਿ ਸੈਯਦ ਪਾਕ ਵਾਰਸ ਸ਼ਾਹ ਰਹਿਮਤੁੱਲਾ ਅਲੈਹ ਨੇ ਰਾਂਝੇ ਦਾ ਲਕਬ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ, ਕਦੀ ਹਜ਼ਰਤ ਇਮਾਮ ਹੁਸੈਨ ਨੂੰ ਦੇ ਦਿੱਤਾ ਅਤੇ ਹੁਣ ਅੱਖਾਂ ਦੇ ਵਿੱਚ ਗਲੇਡੂ ਆ ਅਤੇ ਸਹੇਲੀਆਂ ਨੂੰ ਜਵਾਬ ਦਿੰਦੀ ਆ ਅਤੇ ਕੀ ਆਉਂਦੀ ਆ। ਸਵਾਸ ਰਾਮ ਵਿੱਚ ਪਾ
ابراہیم آدم تے حسن بصری نے بھی دیکھا سی جدوں اس رانجے دی لٹک لگی نا تے بادشاہیاں تاج و تخت چھڑ دتے تے میں بھی اس رانجے دی گل کر دی سرکار فرماؤندے نے Thank you.
ਖਾ।